ਮੈਂ ਤੇ ਇੱਕ ਹੋਰ ਛੋਟਾ ਜਾ ਦ੍ਰਿਸ਼ਟਾਂਤ ਦੇਵਾਂ ਇੱਕ ਦਿਨ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਬੈਠੇ ਤੇ ਗੁਰਸਿੱਖ ਉਹਨਾਂ ਕੋਲੇ ਆ ਕੇ ਚਰਨਾਂ ਵਿੱਚ ਬੈਠੇ ਤੇ ਜਦੋਂ ਗੁਰੂ ਚਰਨਾਂ 'ਚ ਆ ਕੇ ਗੁਰਸਿੱਖ ਬੈਠੇ ਨਾ ਤੇ ਉਹਨਾਂ ਵਿੱਚ ਇੱਕ ਗੁਰੂ ਦਾ ਸਿੱਖ ਸੀ ਜਿਹਦਾ ਨਾਮ ਸੀ ਭਾਈ ਗੋਂਦਾ ਤੇ ਭਾਈ ਗੋਂਦਾ ਚਰਨਾਂ 'ਚ ਬੈਠਾ ਤੇ ਸਤਿਗੁਰੂ ਉਹਦੇ ਵੱਲ ਤੱਕਦੇ ਨੇ ਤੇ ਭਾਈ ਗੋਂਦੇ ਨੂੰ ਕਹਿੰਦੇ ਨੇ ਵੈਸੇ ਮੈਨੂੰ ਐਂ ਲੱਗਦਾ ਵੀ ਕਥਾ ਕਰਨ ਵਾਲਿਆਂ ਦੀ ਪ੍ਰੀਖਿਆ ਲਈ ਜਾਂਦੀ ਆ ਇੱਥੇ ਨਾ ਸਾਰੇ ਪੱਖੇ ਆਪਦੇ ਵਾਲੀ ਲਾਈ ਬੈਠੇ ਆ ਮੇਰੇ ਵੱਲ ਇੱਕ ਵੀ ਨਹੀਂ ਕਿਉਂਕਿ ਕਮੇਟੀ ਵਾਲਿਆਂ ਨੂੰ ਪਤਾ ਵੀ ਬਾਬਾ ਬੁਲਾਇਆ ਮਾੜਾ ਗਰਮੀ ਗੁਰਮੀ ਨਿਕਲੂ ਬਾਬਾ ਠੀਕ ਹੋ ਜਾਊਗਾ ਵੀ ਬਾਬਾ ਠੰਡੇ ਇਲਾਕੇ ਦਾ ਭਾਈ ਲੇਕਿਨ ਇਹਦੇ ਵਿੱਚ ਮੈਂ ਕੋਈ ਬੁਰਾ ਨਹੀਂ ਮਨਾ ਰਿਹਾ ਆਨੰਦ ਆ ਰਿਹਾ ਵੇਖਿਆ ਆ ਗਈ ਹਵਾ ਨਾਲ ਦੀ ਨਾਲ ਆ ਗਈ ਪਲਾ ਹੋਵੇ ਤੋ ਕਿਉਂਕਿ ਮੱਖੀਆਂ ਆ ਰਹੀਆਂ ਡਿਸਟਰਬ ਕਰ ਰਹੀਆਂ ਦਿੱਕਤ ਹੋ ਰਹੀ ਹੈ ਸੋ ਸਤਗੁਰ ਮੇਰ ਕਰਨ ਤੋ ਗੁਰੂ ਹਰ राय ਸਾਹਿਬ ਜੀ ਮਹਾਰਾਜ ਬੈਠੇ ਹੋਏ ਸੀ ਕੀਰਤਪੁਰ ਸਾਹਿਬ ਦੀ ਧਰਤੀ ਔਰ ਭਾਈ ਗੋਂਦਾ ਸਾਹਮਣੇ ਬੈਠਾ ਔਰ ਭਾਈ ਗੋਂਦੇ ਨੂੰ ਕਹਿਣ ਲੱਗੇ ਭਾਈ ਗੋਂਦਾ ਜੀ ਸੇਵਾ ਸਫਲ ਹੋ ਗਈ ਹੈ ਤੇ ਜਦੋਂ ਭਾਈ ਗੋਂਦੇ ਨੂੰ ਕਿਹਾ ਸੇਵਾ ਸਫਲ ਹੋ ਗਈ ਭਾਈ ਗੋਂਦਾ ਬੜਾ ਪ੍ਰਸੰਨ ਹੋਇਆ ਖੁਸ਼ ਹੋਇਆ ਹੱਥ ਜੋੜੇ ਅੱਖਾਂ ਵਿੱਚੋਂ ਪਿਆਰ ਦੇ ਹੰਝੂ ਆ ਗਏ ਹੰਝੂ ਆਏ ਪਿਆਰ ਦੇ ਔਰ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਕਿਸ ਲਾਇਕ ਸੀ ਮੈਂ ਗਰੀਬ ਨਿਮਾਣਾ ਉਹ ਇਹਦਾ ਤੁਹਾਡੀ ਤਾਕਤ ਸੀ ਕਿ ਤੁਸੀਂ ਮੇਰੇ ਤੇ ਦਇਆ ਕਰਕੇ ਸੇਵਾ ਕਬੂਲ ਕਰਵਾ ਲਈ ਲੇਕਿਨ ਮੈਂ ਤਾਂ ਸੇਵਾ ਕਰਨ ਦੇ ਲਾਇਕ ਨਹੀਂ ਕਬੂਲ ਕਿੱਥੋਂ ਕਰਵਾ ਲੈਂਦਾ ਤੇ ਜਦੋਂ ਸਤਿਗੁਰਾਂ ਨੂੰ ਇਹ ਗੱਲ ਸੁਣੀ ਨਾ ਤੇ ਸਤਿਗੁਰ ਕਹਿਣ ਲੱਗੇ ਭਾਈ ਗੋਂਦੇ ਨੂੰ ਕਹਿੰਦੇ ਗੋਂਦਾ ਜੀ ਸੇਵਾ ਤਾਂ ਕਬੂਲ ਹੋ ਗਈ ਲੇਕਿਨ ਹੁਣ ਇੱਕ ਹੋਰ ਹੁਕਮ ਆ ਰਿਹਾ ਤੇ ਭਾਈ ਗੋਂਦਾ ਜੀ ਕਹਿਣ ਲੱਗਾ ਸੱਚੇ ਪਾਤਸ਼ਾਹ ਕੀ ਕਹਿੰਦੇ ਹੁਣ ਤੁਹਾਨੂੰ ਇੱਥੋਂ ਜਾਣਾ ਪਏਗਾ ਤੇ ਜਦੋਂ ਜਾਣ ਦੀ ਗੱਲ ਕੀਤੀ ਨਾ ਭਾਈ ਗੋਂਦਾ ਡਰ ਗਿਆ ਭਾਈ ਗੋਂਦਾ ਡਰ ਕੇ ਕਹਿੰਦਾ ਸੱਚੇ ਪਾਤਸ਼ਾਹ ਜੇ ਮੈਨੂੰ ਆਪਣੇ ਚਰਨਾਂ ਤੋਂ ਦੂਰ ਹੀ ਕਰਨਾ ਹੈ ਨਾ ਤੇ ਮੇਰੇ ਤੇ ਦਇਆ ਕਰੋ ਮੇਰੀ ਸੇਵਾ ਹੀ ਕਬੂਲ ਨਾ ਕਰੋ ਆਖੋ ਸਤਨਾਮ ਮੇਰੇ ਤੇ ਦਇਆ ਕਰੋ ਮੇਰੀ ਸੇਵਾ ਕਬੂਲ ਨਾ ਕਰੋ ਲੇਕਿਨ ਸਤਗੁਰ ਕਹਿਣ ਲੱਗੇ ਹੁਣ ਇੱਥੇ ਰਮਝ ਸਮਝਣਾ ਸਤਗੁਰ ਕਹਿੰਦੇ ਚਿੰਤਾ ਨਾ ਕਰ ਸੇਵਾ ਤੇਰੀ ਕਬੂਲ ਸਾਨੂੰ ਯਾਦ ਰੱਖੀ ਜਿੱਥੇ ਜਾ ਕੇ ਬੈਠੇਗਾ ਤੇਰੇ ਨਾਲ ਰਵਾਂਗੇ ਤੇ ਜਦੋਂ ਇਹ ਗੱਲ ਕਹੀ ਭਾਈ ਗੋਂਦਾ ਖੁਸ਼ ਹੋ ਗਿਆ ਕਹਿੰਦਾ ਸੱਚੇ ਪਾਸ਼ਾ ਜੇ ਨਾਲ ਰਹੋਗੇ ਫਿਰ ਮੈਨੂੰ ਜਿੱਥੇ ਮਰਜੀ ਭੇਜਦੇ ਮੈਨੂੰ ਕੋਈ ਫਰਵਾਹ ਨਹੀਂ ਜਾ ਤੂੰ ਮੇਰਾ ਹੈ ਵੱਲ ਹੈ ਤਾਂ ਕਿਆ ਮੋਛੰਦਾ ਜੇ ਤੁਸੀਂ ਮੇਰੇ ਨਾਲ ਰਹੋਗੇ ਮੈਨੂੰ ਜਿੱਥੇ ਮਰਜੀ ਭੇਜਦੇ ਹੋ ਭਾਈ ਗੋਂਦੇ ਨੂੰ ਕਾਬਲ ਦੀ ਧਰਤੀ ਤੇ ਭੇਜਿਆ ਔਰ ਭਾਈ ਗੋਂਦਾ ਉੱਥੇ ਬੈਠਾ ਵਾਹਿਗੁਰੂ ਤੋਂ ਭਾਈ ਗੋਂਦਾ ਜੀ ਪਹੁੰਚ ਗਏ ਕਾਬਲ ਦੀ ਧਰਤੀ ਤੇ ਔਰ ਉੱਥੇ ਬੈਠੇ ਨੇ ਔਰ ਭਾਈ ਗੋਂਦਾ ਜੀ ਨਿਤਨੇਮੀ ਸੰਗਤਾਂ ਦੀ ਸੇਵਾ ਕਰਦੇ ਗੁਰਨਾਨਕ ਨਾਮ ਲੇਵਾ ਸੰਗਤਾਂ ਦੀ ਸੇਵਾ ਕਰਦੇ ਨੇ ਔਰ ਭਾਈ ਗੋਂਦਾ ਜੀ ਇੱਕ ਦਿਨ ਸਵੇਰੇ ਅੰਮ੍ਰਿਤ ਵੇਲੇ ਉੱਠੇ ਸਾਖੀ ਦਾ ਸਾਖੀ ਸੰਕੋਚ ਰਹੇ ਕਿਉਂਕਿ ਮੈਂ ਘੜੀ ਵੱਲ ਧਿਆਨ ਨਹੀਂ ਦਿੱਤਾ ਤਾਂ ਸਮਾਂ ਥੋੜਾ ਜਿਹਾ ਜ਼ਿਆਦਾ ਹੋ ਗਿਆ ਔਰ ਕੀ ਹੋਇਆ ਭਾਈ ਗੋਂਦਾ ਜੀ ਬੈਠੇ ਅੰਮ੍ਰਿਤ ਵੇਲੇ ਔਰ ਆਪਣੇ ਗੁਰੂ ਨੂੰ ਯਾਦ ਕਰਦੇ ਨੇ ਔਰ ਸਤਗੁਰ ਦਾ ਧਿਆਨ ਕਰਦੇ ਹੋਏ ਨਿਤਨੇਮ ਕਰਦੇ ਨੇ ਔਰ ਨਿਤਨੇਮ ਕਰਦੇ ਕਰਦੇ ਜਦੋਂ ਸ਼ਲੋਕ ਤੇ ਆਏ ਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਜਦੋਂ ਇਹ ਪੰਕਤੀਆਂ ਤੇ ਆਏ ਤੇ ਜਦੋਂ ਕਿਹਾ ਨਾ ਪਵਨ ਗੁਰੂ ਗੁਰੂ ਸ਼ਬਦ ਇੰਨਾ ਗੰਭੀਰ ਹੋ ਗਿਆ ਕਿ ਭਾਈ ਗੋਂਦੇ ਦੀ ਆਤਮਾ ਅੰਦਰੋਂ ਨਿਕਲੀ ਪ੍ਰਾਣ ਅੰਦਰੋਂ ਨਿਕਲੇ ਔਰ ਸ਼੍ਰੀ ਕੀਰਤਪੁਰ ਸਾਹਿਬ ਬੈਠੇ ਹੋਏ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੇ ਜਾ ਕੇ ਚਰਨਾਂ ਨੂੰ ਪਕੜ ਲਿਆ ਭਾਈ ਗੋਂਦੇ ਦੀ ਆਤਮਾ ਨੇ ਅੰਮ੍ਰਿਤ ਵੇਲਾ ਇਧਰ ਸਤਗੁਰ ਬੈਠੇ ਉਧਰ ਭਾਈ ਗੋਂਦਾ ਬੈਠਾ ਔਰ ਭਾਈ ਗੋਂਦੇ ਦੀ ਰੂਹ ਨੇ ਆਤਮਾ ਨੇ ਸਤਗੁਰਾਂ ਦੇ ਚਰਨ ਪਕੜ ਲਏ ਉਧਰ ਸਤਗੁਰ ਸਮਾਧੀ ਵਿੱਚ ਬੈਠੇ ਨੇ ਇਧਰ ਸਿੱਖ ਸਮਾਧੀ ਵਿੱਚ ਬੈਠਾ ਤੇ ਜਦੋਂ ਸਮਾਂ ਬੀਤੇ ਆ ਔਰ ਉਧਰ ਸਿੱਖ ਆਉਂਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ ਅੱਜ ਵੇਖਿਆ ਕਿ ਅਮਰਤ ਵੇਲਾ ਨੰਘਿਆ 8 ਵਜੇ 10 ਵਜੇ 11 ਵਜੇ 12 ਵਜੇ ਸੰਗਤਾਂ ਚਰਨਾਂ ਵਿੱਚ ਬੈਠੀਆਂ ਲੇਕਿਨ ਸਤਿਗੁਰ ਆਪਣੇ ਸੋਹਣੇ ਨੇਤਰ ਨਹੀਂ ਖੋਲ ਰਹੇ ਤੇ ਜਦੋਂ ਸੰਗਤਾਂ ਵੇਖੀ ਜਾਂਦੀਆਂ ਅੱਜ ਸਤਿਗੁਰ ਕੀ ਕਰ ਰਹੇ ਨੇ ਕਿੱਧਰ ਗਏ ਨੇ ਸ਼ਾਮ ਹੋ ਗਈ ਤੇ ਗੁਰੂ ਚਰਨਾ ਚਾਇਆ ਸੇਵਕ ਕਹਿੰਦਾ ਸੱਚੇ ਪਾਤਸ਼ਾਹ ਦਇਆ ਕਰੋ ਸੰਗਤ ਸਵੇਰ ਦੀ ਚਰਨਾ ਚ ਬੈਠੀ ਐ ਔਰ ਸੰਗਤ ਨੇ ਪ੍ਰਸ਼ਾਦਾ ਨਹੀਂ ਛਕਿਆ ਤੁਹਾਡੇ ਪਿਆਰੇ ਭੁੱਖੇ ਬੈਠੇ ਨੇ ਤੇ ਜਦੋਂ ਇਹ ਗੱਲ ਕਹੀ ਨਾ ਸਤਿਗੁਰਾਂ ਦੇ ਕੋਲੇ ਜਦੋਂ ਇਹ ਗੱਲ ਪਹੁੰਚੀ ਅਰਥਾਤ ਸਤਿਗੁਰਾਂ ਨੇ ਸਿੱਖਾਂ ਦੀ ਇਹ ਗੱਲ ਸੁਣੀ ਤੇ ਸਤਿਗੁਰਾਂ ਨੇ ਆਪਣੇ ਸੋਹਣੇ ਨੇਤਰ ਖੋਲੇ ਜਦੋਂ ਸੋਹਣੇ ਨੇਤਰ ਖੋਲੇ ਸੇਵਕ ਕਹਿੰਦਾ ਸੱਚੇ ਪਾਤਸ਼ਾਹ ਕਿੱਧਰ ਚਲੇ ਗਏ ਸੀ ਸਤਿਗੁਰ ਕਹਿੰਦੇ ਓਏ ਕਾਬਲ ਦੀ ਧਰਤੀ ਤੇ ਬੈਠੇ ਹੋਏ ਭਾਈ ਗੁੰਦੇ ਨੇ ਸਾਡੇ ਚਰਨ ਪਕੜ ਲਏ ਸੀ ਸਾਨੂੰ ਉੱਠਣ ਨਹੀਂ ਸੀ ਦੇ ਰਿਆ ਜੇ ਜਦੋਂ ਇਹ ਗੱਲ ਕਹੀ ਨਾ ਤੇ ਜਿਹੜਾ ਕੋਲੇ ਖੜਾ ਸੀ ਉਹਨੂੰ ਯਕੀਨ ਨਹੀਂ ਹੋਇਆ ਤੇ ਕੋਲੇ ਖੜੇ ਨੂੰ ਯਕੀਨ ਨਾ ਹੋਇਆ ਤੇ ਕਹਿਣ ਲੱਗਾ ਸਤਗੁਰ ਸਹੀ ਨਹੀਂ ਕਹਿ ਰਹੇ ਔਰ ਮਨ ਵਿੱਚ ਖਿਆਲ ਰੱਖਿਆ ਕਿ ਜਿੱਦਨ ਭਾਈ ਗੋਂਦਾ ਆਏਗਾ ਪੁੱਛਾਂਗੇ ਵਕਤ ਬੀਤਿਆ ਭਾਈ ਗੋਂਦਾ ਜੀ ਆਏ ਇੱਕ ਦਿਨ ਔਰ ਸੇਵਕ ਪੁੱਛਦੇ ਨੇ ਭਾਈ ਗੋਂਦਾ ਦੇ ਨਾਲ ਆਏ ਬੰਦਿਆਂ ਨੂੰ ਕਿ ਫਲਾਣੇ ਦਿਨ ਭਾਈ ਗੋਂਦਾ ਕੀ ਕਰ ਰਿਹਾ ਸੀ ਤੇ ਉਹ ਬੰਦੇ ਕਹਿੰਦੇ ਉਹ ਦਿਨ ਤਾਂ ਅਸੀਂ ਭੁੱਲ ਨਹੀਂ ਸਕਦੇ ਤੇ ਆ ਜਿਹੜੇ ਦਿਨ ਹੁੰਦੇ ਨੇ ਇਹ ਦਿਨ ਭੁੱਲ ਸਕਦੇ ਆਪਾਂ ਕਿ ਗੁਰੂ ਨਾਲ ਜੋੜੀ ਜੁੜੇ ਬੈਠੇ ਆਂ ਸਿਮਰਨ ਕਰਦੇ ਆਂ ਬਾਣੀ ਸੁਣਦੇ ਆਂ ਸਤਸੰਗ ਸੁਣਦੇ ਆਂ ਇੱਥੇ ਬੈਠੇ ਹੋ ਕਿਸੇ ਗੱਲ ਦੀ ਚਿੰਤਾ ਹੈ ਕਿਸੇ ਗੱਲ ਦਾ ਫਿਕਰ ਹੈ ਤੇ ਜਦੋਂ ਘਰੇ ਚਲੇ ਗਏ ਘਰੇ ਚਲੇ ਕੇ ਘਰੇ ਵੜਦੇ ਹੀ ਫਿਕਰ ਸ਼ੁਰੂ ਹੋ ਜਾਂਦੇ ਆ ਬੱਚੇ ਕਹਿੰਦੇ ਪਾਪਾ ਆ ਨਹੀਂ ਲਿਆਇਆ ਪਾਪਾ ਉਹ ਨਹੀਂ ਲਿਆਇਆ ਫਿਕਰਾਂ ਚ ਫਸ ਗਿਆ ਬੰਦਾ ਲੇਕਿਨ ਗੁਰੂ ਚਰਨਾ ਚ ਬੈੰਦੇ ਸੁਭਾਵਿਕ ਫਿਕਰ ਟੁੱਟ ਜਾਂਦੇ ਨੇ ਤੇ ਜਦੋਂ ਭਾਈ ਗੋਂਦਾ ਭਾਈ ਗੋਂਦੇ ਦੇ ਉਹਨਾਂ ਸੇਵਕਾਂ ਉਹਨਾਂ ਸਾਥੀਆਂ ਨੇ ਉਸ ਸੇਵਕ ਨੂੰ ਇਹ ਗੱਲ ਕਹੀ ਕਹਿਣ ਲੱਗੇ ਉਸ ਦਿਨ ਭਾਈ ਗੋਂਦਾ ਸਵੇਰੇ ਸਮਾਧੀ 'ਚ ਬੈਠਾ ਸੀ ਔਰ ਸ਼ਾਮ ਨੂੰ ਜਾ ਕੇ ਸਮਾਧੀ ਖੋਲੀ ਤੇ ਜਦੋਂ ਇਹ ਗੱਲ ਕਹੀ ਉਹ ਸੇਵਕ ਨੂੰ ਬੜੀ ਸ਼ਰਮ ਆਈ ਗੁਰੂ ਹਰ Rai ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਗਿਆ ਮੱਥਾ ਟੇਕਿਆ ਕਹਿੰਦਾ ਸੱਚੇ ਪਾਤਸ਼ਾਹ ਮਾਫ਼ ਕਰ ਦਿਓ ਸਤਿਗੁਰ ਕਹਿੰਦੇ ਕੀ ਹੋ ਗਿਆ ਕਹਿੰਦਾ ਜੀ ਤੁਹਾਡੀਆਂ ਗੱਲਾਂ ਤੇ ਸੰਦੇਹ ਕਰ ਬੈਠੇ ਸਤਿਗੁਰ ਕਹਿੰਦੇ ਤੇਰਾ ਇਕੱਲੇ ਦਾ ਇਹ ਹਾਲ ਨਹੀਂ ਬਤੇਰੇ ਨੇ ਮੇਰੀਆਂ ਗੱਲਾਂ ਤੇ ਜਿਹੜੇ ਵਿਸ਼ਵਾਸ ਨਹੀਂ ਕਰਦੇ ਆਖੋ ਸਤਨਾਮ ਬਥੇਰੇ ਨੇ ਜਿਹੜਿਆਂ ਮੇਰੀਆਂ ਗੱਲਾਂ ਨੂੰ ਮੰਨਦੇ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਇਹ ਤਾਕਤ ਦੇ ਦਿਓ ਕਿ ਤੁਹਾਡੀਆਂ ਗੱਲਾਂ ਨੂੰ ਮੰਨ ਲਈਏ ਸਤਿਗੁਰ ਕਹਿੰਦੇ ਫਿਰ ਭਾਈ ਗੋਦੇ ਵਾਂਗੂ ਸਿਮਰਨ ਕਰਨਾ ਸਿੱਖ ਲੈ ਜੁੜਨਾ ਸਿੱਖ ਲੈ ਤਾਕਤ ਆ ਜਾਏਗੀ ਜੇ ਜੁੜਨਾ ਸਿੱਖ ਲੈੇਗਾ ਤਾਂ ਤਾਕਤ ਆਪੇ ਆ ਜਾਏਗੀ ਕਿਉਂਕਿ ਜਿਹੜੇ ਜੁੜਦੇ ਨੇ ਉਹਨਾਂ 'ਚ ਤਾਕਤਾਂ ਆਪੇ ਆ ਜਾਂਦੀਆਂ ਨੇ ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਬੰਦਿਆ ਧਿਆਨ ਰੱਖੀ ਇੱਕੋ ਹੀ ਰਿਸ਼ਤਾ ਹੈ ਜਿਹੜਾ ਨਿਭਣਾ ਬਾਕੀ ਕੁਛ ਨਹੀਂ ਨਿਭਣਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਇੱਕੋ ਹੀ ਰਿਸ਼ਤਾ ਨਿਭਣਾ ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਧਿਆਨ ਰੱਖੀ ਜ਼ਿੰਦਗੀ ਦੇ ਵਿੱਚ ਇਹ ਜਿੰਨੇ ਦੁਨੀਆ ਦੇ ਨਾਤੇ ਨੇ ਨਾ ਜਿੰਨੇ ਰਿਸ਼ਤੇ ਨੇ ਇਹ ਨਿਭਣ ਵਾਲੇ ਨਹੀਂ ਇੱਕੋ ਹੀ ਰਿਸ਼ਤਾ ਕਿ ਪੀਰ ਮਰੀਦਾਂ ਪਰਹੜੀ ਉਹ ਨਿਭਹਿ ਨਾਲੇ ਕਿ ਇੱਕੋ ਹੀ ਰਿਸ਼ਤਾ ਨਾਲ ਨਿਭੇ ਗਾ ਕਿ ਪੀਰ ਤੇ ਅਰਥਾਤ ਗੁਰੂ ਤੇ ਸੇਵਕ ਦਾ ਸੋ ਪਿਆਰਿਓ ਗੁਰੂ ਦੇ ਸਿੱਖ ਬਣ ਕੇ ਰਹੀਏ ਪਿਆਰੇ ਬਣ ਕੇ ਰਹੀਏ ਸਿਮਰਨ ਕਰਦੇ ਰਹੀਏ